ਡਾਇਰੀਆ ਔਰ ਮਲੇਰੀਆ ਦੇ ਕਈ ਸਾਰੇ ਕੇਸ ਜਿਹੜੇ ਆ ਪੰਜਾਬ ਵਿੱਚ ਆ ਰਹੇ ਆ, ਕੀ ਕੁਝ ਐਕਸ਼ਨ? ਦੇਖੋ, ਜਦੋਂ ਬਰਸਾਤ ਆਉਂਦੀ ਹੈ ਇਹ ਪ੍ਰੋਬਲਮਸ ਹੁੰਦੀਆਂ ਸੀ, ਵਾਰ ਵਾਰ ਹੁੰਦੀਆਂ, ਲੇਕਿਨ ਇਸ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਨਵੀਂ ਜਿਹੜੀ ਸ਼ੁਰੂਆਤ ਅਸੀਂ ਕੀਤੀ ਹੈਗੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ। ਉਹ ਨਵੀਂ ਸ਼ੁਰੂਆਤ ਇਹ ਹੈ ਕਿ ਅਸੀਂ ਇੱਕ ਸਟੇਟ ਲੈਵਲ 'ਤੇ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕਰਦੇ ਹਾਂ ਉਹਨੂੰ ਜੀ ਵੱਲੋਂ ਨਾ ਜੀ, ਜਿਹਦੇ ਵਿੱਚ ਸਿਹਤ ਮਹਿਕਮੇ ਦੀ ਲੀਡ ਹੈਗੀ ਹੈ ਜੀ, ਇਸ ਤੋਂ ਸਿਵਾਏ ਉਹਦੇ ਵਿੱਚ ਵਾਟਰ ਸਪਲਾਈ ਸੈਨੀਟੇਸ਼ਨ ਦਾ ਮਹਿਕਮਾ, ਅਰਬਨ ਲੋਕਲ ਬੋਡੀਜ਼ ਹੈ ਜਿਹਦੇ 'ਚ ਮਿਊਂਸਪਲ ਕਮੇਟੀ, ਮਿਊਂਸਪਲ ਕਾਰਪੋਰੇਸ਼ਨ ਵੀ ਆਉਂਦੀਆਂ ਜੀ ਉਹਦੇ 'ਚ, ਜਿਹੜੀਆਂ ਗ੍ਰਾਮ ਪੰਚਾਇਤ ਅਤੇ ਰੂਰਲ ਡਿਵੈਲਪਮੈਂਟ ਦਾ ਮਹਿਕਮਾ ਵੀ ਆਉਂਦਾ ਜੀ ਪੰਚਾਇਤ ਦਾ, ਔਰ ਇਸ ਤੋਂ ਸਿਵਾਏ ਪੁੱਡਾ ਦੇ ਵੀ ਕੁਛ ਜਗ੍ਹਾ 'ਤੇ ਵਾਟਰ ਸਪਲਾਈ ਹੈਗੀ ਆ, ਕੁਛ ਜਗ੍ਹਾ 'ਤੇ ਜਿਹੜੇ ਤੁਹਾਡੇ ਇੰਪਰੂਵਮੈਂਟ ਟਰੱਸਟ ਵਗੈਰਾ ਦੀ ਵੀ ਹੈਗੀ ਆ, ਜਿੰਨੀਆਂ ਅਰਬਨ ਲੋਕਲ ਬੋਡੀਜ਼ ਆ, ਰੂਰਲ ਲੋਕਲ ਬੋਡੀਜ਼ ਐਂਡ ਵਾਟਰ ਸਪਲਾਈ ਸੈਨੀਟੇਸ਼ਨ। ਇਹ ਜਿਹੜੇ ਮੈਂ ਨਾਂ ਲਏ ਨਾ ਸਾਰੇ ਮਹਿਕਮਿਆਂ ਨੇ ਪਾਣੀ ਦੀ ਟੈਸਟਿੰਗ ਇਹਨਾਂ ਨੇ ਕਰਨੀ ਹੈ ਜੀ, ਪਾਣੀ ਦੀ ਸਪਲਾਈ ਇਹਨਾਂ ਨੇ ਕਰਨੀ ਆ, ਅਤੇ ਜੇ ਬਿਮਾਰੀ ਫੈਲ ਗਈ ਫਿਰ ਹੈਲਥ ਡਿਪਾਰਟਮੈਂਟ ਆਉਂਦਾ, ਫਿਰ ਅਸੀਂ ਟੈਸਟਿੰਗ ਸ਼ੁਰੂ ਕਰਦੇ ਹਾਂ ਔਰ ਉਹਨਾਂ ਨੂੰ ਅਸੀਂ ਕਲੋਰੀਨੇਸ਼ਨ ਔਰ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਇਲਾਜ ਕਰਨਾ ਉਹ ਅਸੀਂ ਕਰਦੇ ਹਾਂ। ਸੋ ਅਸੀਂ ਇਹਨਾਂ ਦੀ ਇੱਕ ਸਟੇਟ ਲੈਵਲ 'ਤੇ ਕੋਆਰਡੀਨੇਸ਼ਨ ਕਮੇਟੀ ਬਣਾਈ ਆ, ਅਤੇ 23 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਜਿਹੜੀ ਹੈਗੀ ਆ ਉਹ ਚੇਅਰਮੈਨ ਦੇ ਵਿੱਚ, ਜਿਹੜਾ ਉਹਦਾ ਸਿਵਲ ਸਰਜਨ ਹੈ ਉਹਦਾ ਮੈਂਬਰ ਸੈਕਟਰੀ ਹੈ ਜੀ, ਉਹ ਜਿਹੜੀ ਕਮੇਟੀ ਆ ਉਹਦੇ ਵਿੱਚ ਤੁਹਾਡੇ ਵਾਟਰ ਸਪਲਾਈ ਸੈਨੀਟੇਸ਼ਨ ਦਾ ਐਕਸੀਅਨ, ਜਿਹੜੇ ਤੁਹਾਡੇ ਕਮਿਸ਼ਨਰ ਜਾਂ ਈਓ ਮਿਊਂਸਪਲ ਕਾਰਪੋਰੇਸ਼ਨ ਦੇ, ਪੁੱਡਾ ਦੇ DDPO, BDPO ਰੂਰਲ ਡਿਵੈਲਪਮੈਂਟ ਤੋਂ, ਇਹ ਸਾਰੇ ਬੰਦੇ ਜਿਹੜੇ ਹੈਗੇ ਐਨੀਮਲ ਹਸਬੈਂਡਰੀ ਤੋਂ, ਔਰ ਐਜੂਕੇਸ਼ਨ ਜਿਹੜਾ ਡਿਸਟ੍ਰਿਕਟ ਐਜੂਕੇਸ਼ਨ ਅਫਸਰ, ਇਹਨਾਂ ਦੀਆਂ ਕੋਆਰਡੀਨੇਸ਼ਨ ਕਮੇਟੀਜ਼ ਬਣਾਈਆਂ। ਉਹਦੇ ਨਾਲ ਮਤਲਬ ਫਾਇਦਾ ਕੀ ਹੈਗਾ ਕਿ ਜਦੋਂ ਪਹਿਲਾਂ ਡਾਇਰੀਆ ਹੁੰਦਾ, ਤੁਸੀਂ ਦੇਖਿਆ ਹੋਊਗਾ ਕਿ ਬਲੌਂਗੀ ਦੇ ਵਿੱਚ, ਬੜਮਾਜਰਾ ਦੇ ਵਿੱਚ, ਇੱਥੇ ਹਰ ਸਾਲ ਹੁੰਦਾ ਜੀ, ਉੱਥੇ ਨਾ ਕਈ ਜਗ੍ਹਾ ਹੈਗੀਆਂ ਉੱਥੇ ਕੀ ਹੈ ਕਿ ਉੱਥੇ ਨਾ ਸੀਵਰੇਜ ਦੀ ਪਾਣੀ ਨਾਲ ਮਿਕਸਿੰਗ ਹੁੰਦੀ ਹੈ, ਅਸੀਂ ਕਿਹਾ ਵੀ ਨਹੀਂ ਇੱਦਾਂ ਨਹੀਂ, ਕਮੇਟੀਆਂ ਬਣਾਤੀਆਂ ਡਿਸਟ੍ਰਿਕਟ ਲੈਵਲ ਦੀਆਂ। ਜਦੋਂ ਇਹ ਕੇਸ ਆ ਗਿਆ ਡਾਇਰੀਆ ਦਾ, ਅਸੀਂ ਉਹਦਾ ਹੈਲਥ ਡਿਪਾਰਟਮੈਂਟ ਜਾ ਕੇ ਚੈਕਿੰਗ ਸ਼ੁਰੂ ਕਰ ਦਿੰਦਾ ਜੀ, ਦਵਾਈ ਦਿੰਦਾ, ਚੈਕਿੰਗ ਕਰਦਾ, ਦਵਾਈ ਦਿੰਦਾ ਔਰ ਕਲੋਰੀਨੇਸ਼ਨ ਕਰਦਾ, ਸਾਰੇ ਜੋ ਅਸੀਂ ਡੋਰ ਟੂ ਡੋਰ ਸਰਵੇ ਕਰਦੇ ਹਾਂ, ਲੋਕਾਂ ਨੂੰ ਐਜੂਕੇਟ ਕਰਦੇ ਹਾਂ। ਪਲੱਸ ਅਸੀਂ ਹੁਣ ਜਿਹੜਾ ਨਵਾਂ ਕੀਤਾ ਕਿ ਉੱਥੇ ਉਹਨਾਂ ਨੇ ਉਹ ਪਾਣੀ ਨਹੀਂ ਪੀਣਾ ਜੀ ਟੂਟੀਆਂ ਵਾਲਾ, ਜਿੰਨੀ ਦੇਰ ਅਸੀਂ ਨਹੀਂ ਕਹਿ ਦਿੰਦੇ, ਉੰਨੀ ਦੇਰ ਅਸੀਂ ਟੈਂਕਰ ਨਾਲ ਉਹਨਾਂ ਨੂੰ ਪੋਰਟੇਬਲ ਵਾਟਰ ਜਿਹੜਾ ਟੈਸਟ ਕੀਤਾ ਹੋਇਆ ਸਾਫ਼ ਸੁਥਰਾ ਪਾਣੀ ਆ ਜਿਹੜਾ ਉਹ ਅਸੀਂ ਉਹਨਾਂ ਨੂੰ ਸਪਲਾਈ ਕਰਦੇ ਹਾਂ ਵਿਦ ਟੈਂਕਰ ਪੀਣ ਵਾਸਤੇ, ਬਾਕੀ ਕੰਮਾਂ ਲਈ ਵਰਤ ਸਕਦੇ ਹੋ। ਅਤੇ ਹਾਂ ਉਹਦੇ 'ਚ ਹਰ ਡਿਸਟ੍ਰਿਕਟ ਲੈਵਲ 'ਤੇ ਹੈਗਾ ਜੀ ਉਹ, ਅਸੀਂ ਉਹ ਕਿਉਂਕਿ ਉਹਨੂੰ ਇੱਕ ਨੰਬਰ ਕਰਾਂਗੇ ਸਾਰੇ ਪੰਜਾਬ 'ਚੋਂ ਨਾ, ਹਰ ਡਿਸਟ੍ਰਿਕਟ ਲੈਵਲ 'ਤੇ ਬਿਲਕੁਲ ਸਾਡੇ ਜੀ ਸਾਡੇ ਵਰਕਰ ਹਰ ਪਿੰਡ ਵਿੱਚ, ਸਾਡੇ ਜਿਵੇਂ ਆਸ਼ਾ ਵਰਕਰ ਹੈ ਜੀ, ਸਾਰੇ ਮਹਿਕਮਿਆਂ ਦੇ ਵਰਕਰ ਜਿਹੜੇ ਹੈਗੇ ਆ, ਕੋਈ ਦਿੱਕਤ ਨਹੀਂ ਹੈ ਉਹਦੇ 'ਚ। ਉਹਦੇ ਨਾਲ ਜਿਹੜੀਆਂ ਨਵੀਂ ਚੀਜ਼ਾਂ ਉਹ ਤੁਸੀਂ ਉਹ ਜ਼ਰੂਰ ਤੁਹਾਡੇ ਧਿਆਨ ਦੀਆਂ ਹੈਗੀਆਂ। ਇੱਕ ਤਾਂ ਹੈਗਾ ਕਿ ਅਸੀਂ ਉਹਨਾਂ ਦਾ ਅਲਟਰਨੇਟ ਸੋਰਸ ਆਫ ਵਾਟਰ ਸਪਲਾਈ, ਉਹਨਾਂ ਨੂੰ ਪਾਣੀ ਪੀਣ ਲਈ ਟੂਟੀ ਤੋਂ ਨਹੀਂ ਪੀਣਾ, ਅਸੀਂ ਅਲਟਰਨੇਟ ਸੋਰਸ ਦਿੰਦੇ ਹਾਂ, ਚਾਹੇ ਉਹ ਜਿੱਥੇ ਟੈਂਕੀ ਲੱਗੀ ਉੱਥੋਂ ਲੈ ਲੈਣ, ਚਾਹੇ ਉਹ ਟੈਂਕਰ ਨਾਲ ਸਪਲਾਈ ਕਰ ਦਈਏ। ਦੂਜੀ ਗੱਲ ਇਹ ਆ ਵੀ ਅਸੀਂ ਦੇਖਣਾ ਵੀ ਮਿਕਸਿੰਗ ਹੁੰਦੀ ਕਿੱਥੇ ਹੈ ਜੀ, ਉਹ ਫਿਰ ਸਾਰੀ ਇੰਟੈਗ੍ਰਿਟੀ ਵਾਟਰ ਸਪਲਾਈ ਦੀ ਅਤੇ ਜਿਹੜੀ ਤੁਹਾਡੇ ਸੀਵਰੇਜ ਦੀਆਂ ਚੈੱਕ ਕਰਦੇ ਹਾਂ, ਇਹ ਅਸੀਂ ਫਾਲਟ ਲੱਭਣੇ ਸ਼ੁਰੂ ਕਰਤਾ ਵੀ ਫਾਲਟ ਲੱਭਣਾ, ਖਰਾਬੀ ਕੀ ਹੈ, ਕਿੱਥੇ ਆ ਜਿਹੜਾ ਵਾਰ ਵਾਰ ਹੁੰਦਾ, ਅਤੇ ਉਹਨੂੰ ਉਹਦਾ ਪੱਕਾ ਇਲਾਜ ਕਰਨਾ, ਉਹਨਾਂ ਦੀਆਂ ਲਾਈਨਾਂ ਨੂੰ ਅਲੱਗ ਅਲੱਗ ਕਰਨਾ, ਦੂਰ ਦੂਰ ਕਰਨਾ, ਜਿੱਥੇ ਕੋਈ ਪਾਈਪ ਟੁੱਟੀ ਹੋਈ ਆ, ਪੁਰਾਣੀ ਹੈ ਜਾਂ ਟੁੱਟੀ ਲੱਗੀ ਹੋਈ ਆ, ਟੁੱਲੂ ਪੰਪ ਲੱਗੇ ਹੋਇਆ, ਲੋਕਾਂ ਨੂੰ ਪਰਸੂਏਡ ਕਰਨਾ, ਸੋ ਉਹਦਾ ਫਾਲਟ ਲੱਭ ਕੇ ਉਹਨੂੰ ਰੈਕਟੀਫਾਈ ਕਰਨਾ। ਸੋ ਇਹ ਦੋ ਨਵੇਂ ਅਸੀਂ ਜਿਹੜੇ ਹੈਗੇ ਆ ਉਹ ਇਸ ਵਾਰੀ ਇੰਟਰੋਡਿਊਸ ਕੀਤੇ ਆ, ਮਲਟੀ ਸੈਕਟੋਰਲ ਕੋਆਰਡੀਨੇਸ਼ਨ, ਅਲਟਰਨੇਟ ਸੋਰਸ ਆਫ ਵਾਟਰ ਸਪਲਾਈ, ਅਤੇ ਜਿਹੜਾ ਤੀਜਾ ਹੈਗਾ ਕਿ ਫਾਲਟ ਫਿਕਸਿੰਗ ਜਿਹੜੀ ਹੈਗੀ ਆ ਵੀ ਜਿੱਥੇ ਮਿਕਸਿੰਗ ਹੋ ਰਹੀ ਆ ਇਹ ਸੀਵਰੇਜ ਦਾ ਪੀਣ ਵਾਲੇ ਪਾਣੀ ਨਾਲ। ਦੂਜੀ ਗੱਲ ਆ ਗਈ ਡੇਂਗੂ ਦੀ, ਚਿਕਨਗੁਨੀਆ ਮਲੇਰੀਆ ਦੀ, ਇਹ ਜ਼ਿਆਦਾ ਪ੍ਰੋਬਲਮ ਹੁੰਦੀ ਆ ਜਿਹੜੇ ਘਰ, ਹਾਂ ਜਿਹੜੀ ਇਹਦੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਜੀ, ਜਿੱਥੇ ਤੁਹਾਡੇ ਨਾ ਜੀ ਮਤਲਬ ਲੋਕਾਂ ਦੇ ਵਿੱਚ ਜਿਹੜੇ ਫਰਿੱਜ ਹੁੰਦੇ ਘਰਾਂ ਦੇ ਵਿੱਚ, ਉਹਦੇ ਪਿੱਛੇ ਇੱਕ ਟਰੇ ਹੁੰਦੀ ਆ, ਉਹਦੇ ਸਾਨੂੰ ਉੱਥੋਂ ਬਹੁਤ ਬਹੁਤ ਜ਼ਿਆਦਾ ਪੋਜ਼ਿਟਿਵ ਲੱਭਿਆ ਜੀ। ਉਹਦੇ ਵਿੱਚ ਇਹਦੀ ਜਿਹੜੇ ਕੂਲਰ ਹੈਗੇ ਆ ਠੰਡੀ ਹਵਾ ਵਾਲੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਪਾਣੀਆਂ ਦੇ ਪੰਛੀਆਂ ਵਾਸਤੇ ਨਾ ਪਾਣੀ ਦੇ ਕਟੋਰੇ ਸਾਡੇ ਆਪਣੇ ਲੋਕਾਂ 'ਚ ਆਦਤ ਰਿਵਾਜ਼ ਹੈ ਉਹ ਰੱਖ ਦਿੰਦੇ ਆ, ਉਹਨੂੰ ਚੇਂਜ ਕਰਨਾ, ਉਹਨੂੰ ਹਰ ਸ਼ੁੱਕਰਵਾਰ ਡੇਂਗੂ ਤੋਂ ਬਾਅਦ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਫਿਰ ਦੁਬਾਰਾ ਭਰ ਦਿਓ, ਅਤੇ ਇੱਕ ਵਾਰੀ ਤਾਂ ਜ਼ਰੂਰ ਕਰੋ ਜੇ ਵੱਧ ਕਰ ਸਕਦੇ ਹੋ ਤਾਂ ਅੱਛੀ ਗੱਲ ਹੈ। ਅਤੇ ਦੂਜੀ ਗੱਲ ਇਹ ਕਿ ਅਸੀਂ ਇੱਕ ਹੋਰ ਕੀਤਾ ਜੀ ਇਸ ਵਾਰੀ, ਅਸੀਂ ਕਿਹਾ ਵੀ ਜਿਹੜੇ ਬੱਚੇ ਆ ਨਾ ਜੀ ਉਹਨਾਂ ਨੂੰ ਪੰਜਵੀਂ ਤੋਂ ਉੱਪਰ ਜਿੰਨੇ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਡੇਂਗੂ ਦਾ ਲਾਰਵਾ ਦਿਖਾ ਦਿਓ, ਲੈ ਜਾਓ ਉਹਨਾਂ ਦੇ ਜਿੱਥੇ ਆਸੇ ਪਾਸੇ ਕੂਲਰ ਹੈ,
ਜਾਂ ਜਿਹੜਾ ਕੋਈ ਫਰਿੱਜ ਦਾ ਟਰੇ ਆ ਜਾਂ ਪੰਛੀਆਂ ਵਾਲੇ ਕਟੋਰੇ ਦੇ ਵਿੱਚ ਆ ਜਾਂ ਕੰਟੇਨਰ ਹੈਗੇ ਆ। ਗਰਮੀਆਂ 'ਚ ਪਾਣੀ ਦੀ ਸਪਲਾਈ ਕਈ ਵਾਰੀ ਘੱਟ ਹੁੰਦੀ ਆ, ਲੋਕਾਂ ਨੇ ਡਰੰਮ ਰੱਖੇ ਹੋਏ ਆ ਇੱਥੇ, ਬਹੁਤ ਸੀ ਤੁਹਾਡੇ ਜਿਹੜੇ ਮੁਹਾਲੀ ਦੇ ਪਿੰਡਾਂ 'ਚ, ਮੈਂ ਜਾ ਕੇ ਆਇਆ ਸੀਗਾ, ਉਹ ਭਰੇ ਪਏ ਸੀ ਲਾਰਵਾ ਦੇ ਨਾਲ। ਅਤੇ ਤੀਜਾ ਹੈਗਾ ਜਿੱਥੇ ਕੰਸਟਰਕਸ਼ਨ ਸਾਈਟਸ ਆ, ਜਿੱਥੇ ਕੋਈ ਕੋਠੀ ਦੀ ਉਸਾਰੀ ਚੱਲਦੀ ਆ ਨਾ, ਉਹ ਟੈਂਕੀ 'ਚ ਬਣਾ ਦਿੰਦੇ ਆ ਬਾਹਰ ਅਤੇ ਭਰੀ ਰਹਿੰਦੀ ਆ ਉਹ, ਉਹਨਾਂ ਨੂੰ ਕਿਉਂਕਿ ਸਾਰਾ ਦਿਨ ਪਾਣੀ ਆਉਂਦਾ ਨਹੀਂ ਹੈ, ਉੱਥੇ ਬਹੁਤ ਜ਼ਿਆਦਾ ਮਿਲਿਆ ਸਾਨੂੰ ਲਾਰਵਾ। ਇਸੇ ਤਰ੍ਹਾਂ ਡਰੰਮ ਜਿਹੜੇ ਕੰਟੇਨਰ ਹੈ ਜਾਂ ਕੋਈ ਟੁੱਟਿਆ ਹੋਇਆ ਠੀਕ ਰਹਾ, ਇਹ ਤੁਸੀਂ ਦੇਖਣਾ ਵੀ ਆਸੇ ਪਾਸੇ ਸਟੈਗਨੈਂਟ ਵਾਟਰ ਨਾ ਹੋਵੇ, ਉਹਨੂੰ ਡਰੇਨ ਕਰ ਦਿਓ, ਸਾਡੇ ਮਹਿਕਮੇ ਨੂੰ ਕਹਿ ਦਿਓ, ਐਂਟੀ ਲਾਰਵਲ ਸਪਰੇਅ ਕਰਾ ਦਿੰਦੇ ਹਾਂ ਅਸੀਂ। ਅਤੇ ਉਹ ਫ੍ਰੀ ਦਿੰਦੇ ਹਾਂ ਅਸੀਂ। ਸੋ ਅਸੀਂ ਬਹੁਤ ਸਾਰੀਆਂ ਮੇਜਰਸ ਕਰ ਰਹੇ ਹਾਂ, ਔਰ ਬੱਚਿਆਂ ਨੂੰ ਅਸੀਂ ਜਿਹੜੇ ਬੱਚੇ ਮਤਲਬ ਲਾਰਵਾ ਲੱਭ ਕੇ ਰਿਪੋਰਟ ਕਰਨਗੇ, ਉਹਨਾਂ ਨੂੰ ਪ੍ਰੈਕਟੀਕਲ ਦੇ ਵਿੱਚ ਇੱਕ ਨੰਬਰ ਐਕਸਟਰਾ ਇੰਟਰਨਲ ਅਸੈਸਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ, ਜਿਹੜੇ ਡੀਓ ਸਾਹਿਬ ਨੂੰ, ਉਹਨੂੰ ਕਿਹਾ ਵੀ ਇੱਕ ਨੰਬਰ ਉਹਨਾਂ ਨੂੰ ਦਿਓ, ਬੱਚਿਆਂ ਨੂੰ, ਬੱਚਿਆਂ ਨੇ ਸਾਰੇ ਪਿੰਡ 'ਚੋਂ ਲੱਭ ਲੈਣੇ ਆ ਜਾ ਕੇ। ਜਿਹੜਾ ਇੰਜਰਡ ਹੁੰਦਾ ਸੀ ਉਸਨੂੰ ਹੋਸਪਿਟਲ ਨਹੀਂ ਪਹੁੰਚਾਇਆ ਜਾਂਦਾ, ਸਰਕਾਰ ਫਰਿਸ਼ਤੇ ਸਕੀਮ ਲੈ ਕੇ ਆਈ ਸੀ, ਇਸਦਾ ਬੈਨੀਫਿਟ ਕਿੰਨਾ ਕੁ ਹੋਇਆ ਔਰ ਕਿੰਨੇ ਇਹੋ ਜਿਹੇ ਤੁਸੀਂ ਲੋਕ ਫਾਈਨਲ ਕੀਤੇ ਨੇ ਜਿਹਨਾਂ ਨੂੰ ਅਵਾਰਡ ਦਿੱਤਾ ਜਾਏਗਾ? ਹਾਂ, ਇਹਦੇ ਵਿੱਚ ਨਾ ਜਿਹੜੇ ਦੋ ਹੈਗੀਆਂ, ਇਹਦੇ ਵਿੱਚ ਦੋ ਕੰਪੋਨੈਂਟ ਆ, ਇਹਦੇ ਇੱਕ ਹੈਗਾ ਸੜਕ ਸੁਰੱਖਿਆ ਫੋਰਸ, ਜਿਹੜਾ ਕਿ ਸਾਡਾ ਡਿਸਿਪਲਿਨ ਫੋਰਸ ਹੈ, ਟ੍ਰੇਨਡ ਫੋਰਸ ਹੈ ਪੁਲਿਸ ਵਾਲੇ, ਔਰ ਉਹਨਾਂ ਕੋਲ ਗੱਡੀਆਂ ਹੈਗੀਆਂ ਜਿਹਨਾਂ ਦੇ ਕੋਲ ਮੈਡੀਕਲ ਏਡ ਵੀ ਆ, ਆਕਸੀਜਨ ਵੀ ਆ, ਫਸਟ ਏਡ ਵੀ ਆ, ਔਰ ਉਹਨਾਂ ਦੇ ਕੋਲ ਗੈਸ ਕਟਰ ਅਤੇ ਹੋਰ ਸਾਰੀ ਇਕੁਪਮੈਂਟ ਵੀ ਆ, ਵੀ ਜੇ ਬੰਦੇ ਦੀ ਗੱਡੀ ਲੋਕ ਹੋ ਗਈ, ਕੁਛ ਹੋ ਗਿਆ, ਮਤਲਬ ਉਹਨੂੰ ਮਤਲਬ ਕੱਟ ਕੇ ਕੱਢਣਾ, ਬਾਹਰ ਕੱਢ, ਉਹ ਕੱਢ ਕੇ ਉਹਨੂੰ ਹਸਪਤਾਲ ਪਹੁੰਚਾ ਦਿੰਦੇ, 5 ਤੋਂ 6 ਮਿੰਟ ਦੇ ਵਿੱਚ ਪਹੁੰਚਾ ਰਹੇ ਆ। ਨੀਅਰੈਸਟ ਹੋਸਪਿਟਲ ਸਰਕਾਰੀ ਹੋਵੇ, ਪ੍ਰਾਈਵੇਟ ਹੋਵੇ, ਠੀਕ ਹੈ ਜੀ, ਬੰਦਾ ਪੰਜਾਬ ਦਾ ਹੋਵੇ, ਕਿਸੇ ਹੋਰ ਰਾਜ ਦਾ ਹੋਵੇ, ਕਿਸੇ ਹੋਰ ਦੇਸ਼ ਦਾ ਹੋਵੇ, ਸਾਰਿਆਂ ਦਾ ਸਾਰਾ ਇਲਾਜ ਫ੍ਰੀ ਹੈ ਜੀ, ਮਾਨ ਸਰਕਾਰ ਉਹਦਾ ਖਰਚਾ ਕਰਦੀ ਹੈ। ਇਹ ਮਾਨ ਸਾਹਿਬ ਦੀ ਬਹੁਤ ਵਧੀਆ ਸੜਕ ਸੁਰੱਖਿਆ ਵਾਲੀ ਫਰਿਸ਼ਤਾ, ਉਹ ਹੈ ਜੀ ਜਿਹੜਾ ਉਸ ਬੰਦੇ ਨਾਲ ਰਿਲੇਟਡ ਨਹੀਂ, ਉਹ ਲੰਘ ਰਿਹਾ, ਕਿਸੇ ਦਾ ਐਕਸੀਡੈਂਟ ਹੋ ਗਿਆ ਅਤੇ ਉਹਨੂੰ ਚੱਕ ਕੇ ਉਹਨੇ ਹਸਪਤਾਲ ਪਹੁੰਚਾਤਾ, ਨੀਅਰੈਸਟ ਹਸਪਤਾਲ ਪਹੁੰਚਾਤਾ, ਉਹਨੂੰ ਕੋਈ ਪੁਲਿਸ ਅਰੈਸਟ ਨਹੀਂ ਕਰੇਗੀ ਜੀ। ਲੋਕਾਂ ਨੇ ਪਹਿਲਾਂ ਇਹੀ ਲੋਕਾਂ ਨੂੰ ਡਰ ਹੁੰਦਾ ਸੀਗਾ ਵੀ ਪੁਲਿਸ ਸਵਾਲ ਪੁੱਛਦੀ ਆ ਵੀ ਤੈਨੂੰ ਕਿੱਦਾਂ ਪਤਾ ਲੱਗਿਆ, ਕਿੱਥੇ ਸੀ ਤੂੰ, ਕੀ ਕਰ ਰਿਹਾ ਸੀ, ਕਿੱਥੇ ਜਾ ਰਿਹਾ ਸੀ, ਉਹਨੂੰ ਹਰਾਸ ਕਰਦੇ ਸੀ ਵੀ ਕੋਰਟ 'ਚ ਆ ਤੂੰ, ਆਹ ਬਿਆਨ ਦੇ, ਬਿਆਨ ਲਿਖਾ, ਕੁਛ ਨਹੀਂ, ਨਥਿੰਗ, ਪੁਲਿਸ ਉਹਨੂੰ ਕੁਛ ਨਹੀਂ ਪੁੱਛੇਗੀ, ਉਹਨੂੰ ਹਸਪਤਾਲ ਪਹੁੰਚਾਤਾ, ਉਹਦਾ ਧੰਨਵਾਦ ਕਰਾਂਗੇ। ਉਹ 109 ਬੰਦੇ ਜਿਹੜੇ ਅੱਗੇ ਆਏ ਆ ਜੀ, ਉਹਨਾਂ ਨੂੰ ਆ ਜਿਹੜਾ ਹੈਗਾ ਤੁਹਾਡਾ ਹੁਣ 15 ਅਗਸਤ 'ਤੇ ਸਨਮਾਨ ਵੀ ਹੋਏਗਾ, ਉਹਨਾਂ ਨੂੰ 2000 ਰੁਪਏ ਦੀ ਰਾਸ਼ੀ, ਔਰ ਬਹੁਤ ਸਾਰੇ ਬੰਦੇ ਕਹਿੰਦੇ ਆ ਜੀ ਵੀ ਸਾਨੂੰ ਤਾਂ ਤੁਸੀਂ ਸਨਮਾਨ ਕਰਨ ਜਾ ਰਹੇ ਹੋ, ਸਾਨੂੰ ਪੈਸਿਆਂ ਦੀ ਲੋੜ ਹੀ ਨਹੀਂ ਆ ਜੀ, ਮਤਲਬ ਅਸੀਂ ਤਾਂ ਜਾਨ ਬਚਾਈ ਆ, ਅਸੀਂ ਤਾਂ ਹਮੇਸ਼ਾ ਸਾਨੂੰ ਸਾਡਾ ਜਿਹੜਾ ਸੀਨਾ ਗਰਵ ਨਾਲ ਭਰਿਆ ਹੋਇਆ ਅਤੇ ਤੁਸੀਂ ਆ ਜਿਹੜਾ ਸਾਡਾ ਸਨਮਾਨ ਹੈ ਸਾਡੇ ਲਈ ਬਹੁਤ ਹੈ। ਸੋ ਇਹ ਮੈਂ ਬਾਕੀਆਂ ਨੂੰ ਵੀ ਕਹਿੰਦਾ ਜੀ, ਬਹੁਤ ਅੱਛੀ ਸਕੀਮ ਹੈ, ਔਰ ਮੈਂ ਤੁਹਾਡੇ ਥਰੂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਗੱਡੀ 'ਚ ਫਸਟ ਏਡ ਕਿੱਟ ਸਾਰੇ ਰੱਖਿਆ ਕਰੋ। ਡਾਕਟਰ ਸਾਹਿਬ, ਯਹੀ ਇੱਕ ਚੀਜ਼ ਹੋਤੀ ਥੀ ਕਿ ਲੋਕ ਘਬਰਾ ਜਾਤੇ ਥੇ, ਕਈ ਹੈਲਪ ਕਰਨਾ ਵੀ ਚਾਹਤੇ ਥੇ ਔਰ ਹਾਸਪਿਟਲ ਲੈ ਜਾਤੇ ਥੇ, ਪਰ ਕਹੀਂ ਨਾ ਕਹੀਂ ਜੋ ਬਾਅਦ ਮੇਂ ਹਰਾਸਮੈਂਟ ਹੋਤੀ ਥੀ ਉਹ ਗਿਰਤਾ ਤੋ, ਸ਼ਾਇਦ ਉਹ ਮਾਈਂਡਸੈਟ ਚੇਂਜ ਕਰਨੇ ਮੇਂ ਪੰਜਾਬ ਸਰਕਾਰ ਕਾਮਯਾਬ ਹੋ ਪਈ ਹੈ। ਹਾਂ, ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਹੋਈ ਹੈ ਜੀ, ਮੇਰੀ ਹੋਈ ਹੈ, ਮਤਲਬ ਬਹੁਤ ਬੜਾ ਖੁਸ਼ ਹੈ ਕਿ ਹਮੇਂ ਇਤਨੇ ਫੋਨ ਆ ਰਹੇ ਹੈਂ, ਹਮੇਂ ਮਤਲਬ ਅਬ ਉਹ ਤੋਂ ਸੈਲੀਬ੍ਰਿਟੀਜ਼ ਬਣ ਗਏ ਜਿਨ੍ਹਾਂ ਨੇ ਜਾਨ ਬਚਾਈ ਹੈ ਨਾ ਜੀ। ਤੋ ਇਹ ਦਿਸ ਇਜ਼ ਏ ਟਰਨ ਅਰਾਊਂਡ ਵਾਲਾ ਨਾ ਜੀ, ਟਰਨ ਅਰਾਊਂਡ ਜੇ ਮਾਨ ਸਾਹਿਬ ਕੀ ਜੋ ਸੋਚ ਹੈ ਸੜਕ ਸੁਰੱਖਿਆ ਫੋਰਸ ਔਰ ਫਰਿਸ਼ਤੇ ਸਕੀਮ ਨੇ, ਕਿਉਂਕਿ ਉਹਨਾਂ ਦਾ ਸਾਰਾ ਇਲਾਜ ਫ੍ਰੀ ਹੋਣਾ ਜੀ, ਮਤਲਬ ਆਦਮੀ ਕੋਲ ਟੈਨਸ਼ਨ ਨਹੀਂ ਹੈ, ਕਿਸੇ ਨੇ ਸਵਾਲ ਨਹੀਂ ਪੁੱਛਣਾ ਜੀ, ਕਿਸੇ ਨੇ ਇਹ ਨਹੀਂ ਕਹਿਣਾ ਕਿ ਦਵਾਈ ਲੈ ਕੇ ਆਓ, ਵੀ ਆਪ ਮਤਲਬ ਕੁਛ ਕੋਈ ਹੈ ਹੀ ਨਹੀਂ, ਮਤਲਬ ਕੋਈ 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 ਹੈਸਲ ਹੈ ਹੀ ਨਹੀਂ, ਮਾਇੰਡ ਸੈੱਟ ਚੇਂਜ ਹੋ ਗਿਆ ਲੋਕਾਂ ਕਾ। ਅਬ ਇਸਮੇ ਅਗਲਾ ਜੋ ਸਟੈਪ ਹੈ ਮਾਨ ਸਾਹਿਬ ਕਾ, ਉਹ ਵੀ ਹੈ ਕਿ ਐਕਸੀਡੈਂਟ ਕਮ ਹੋ ਨਾ ਹੋ, ਮਤਲਬ ਨਾ ਜੀ ਕੋਈ ਜੈਸੇ ਮੋਸਟਲੀ ਤੋਂ ਉਸਮੇ ਹਿਊਮਨ ਐਰਰ ਸੇ ਹੋਤੇ ਹੈ, ਉਹ ਵਾਲੇ ਨਾ ਹੋ, ਕੋਈ ਮਤਲਬ ਰੇਅਰ ਤੋਂ ਹੋ ਹੀ ਸਕਦਾ ਹੈ, ਕੋਈ ਮਤਲਬ ਐਕਸੀਡੈਂਟ ਕਾ ਰੇਟ ਵੀ ਕਮ ਕਰਨਾ ਹੈ, ਤਾਂ ਕਮ ਸੇ ਕਮ ਇਸਕੋ ਮਤਲਬ ਅਨਿਆਈ ਮੌਤ ਕਹਤੇ ਹੈ ਜੋ ਸੜਕ ਕੇ ਉੱਪਰ ਆਦਮੀ ਮਰ ਜਾਏ ਨਾ, ਜਨਰਲੀ ਯੰਗ ਹੋਤੇ ਹੈ ਲੋਕ ਨਾ, ਮਤਲਬ ਮੋਸਟਲੀ ਯੰਗ ਹੋਤੇ ਹੈ, ਬ੍ਰੈਡ ਅਰਨਰ ਹੋਤੇ ਹੈ, ਤਾਂ ਪਰਿਵਾਰ ਕੇ ਲੀਏ ਤੋ ਪਹਾੜੋ, ਮਤਲਬ ਇੱਕ ਪਹਾੜ ਟੂਟ ਪੜਤਾ ਹੈ ਮੁਸੀਬਤੋਂ ਕਾ ਪਰਿਵਾਰ ਕੇ ਲੀਏ। ਤਾਂ ਇਹ ਬਹੁਤ ਅੱਛੀ ਸਕੀਮ ਹੈ ਜੀ, ਕੱਲ੍ਹ ਮੈਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦਿੱਲੀ ਉਹਨਾਂ ਕੋ ਬੁਲਾਇਆ ਥਾ ਚੀਫ ਗੈਸਟ, ਉਸਮੇ ਪੂਰੇ ਦੇਸ਼ ਦੇ ਡੈਲੀਗੇਟ ਆਏ, ਤਾਂ ਉਹਨਾਂ ਨੇ ਕਿਹਾ ਇਹ ਸਕੀਮ ਪੂਰੇ ਦੇਸ਼ ਮੇਂ ਲਾਗੂ ਹੋਣੀ ਚਾਹੀਏ, ਮਾਨ ਸਾਹਿਬ ਕੀ ਬਹੁਤ ਬੜੀਆ ਸਕੀਮ ਹੈ, ਦੋਨੋਂ ਹੀ ਸੜਕ ਸੁਰੱਖਿਆ ਫੋਰਸ ਔਰ ਇਹ ਜੋ ਆਪਣਾ ਫਰਿਸ਼ਤੇ ਵਾਲੀ ਹੈ। ਇੱਕ ਹੋਰ ਵੱਡਾ ਮਸਲਾ ਬਣਿਆ ਹੋਇਆ ਈ ਸਿਗਰਟ ਜਾਂ ਵੇਪਸ ਦੀ ਜੇਕਰ ਗੱਲ ਕਰੀਏ,
ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਲੈ ਕੇ ਸਰਕਾਰ ਕੀ ਐਕਸ਼ਨ ਲੈਣ ਜਾ ਰਹੀ ਹੈ, ਕਿਉਂਕਿ ਔਨਲਾਈਨ ਘਰੇ ਬੈਠੇ ਹੁਣ ਲੋਕਾਂ ਨੂੰ ਈ ਸਿਗਰਟਸ ਮਿਲ ਰਹੀਆਂ ਨੇ ਸਕੂਲਾਂ ਦੇ ਵਿੱਚ, ਸਕੂਲਾਂ ਦੇ ਆਸ ਪਾਸ ਦੇ ਏਰੀਏ ਦੇ ਵਿੱਚ ਇਹਨਾਂ ਦੀ ਸਪਲਾਈ ਦਾ ਸਿਸਟਮ ਸ਼ੁਰੂ ਹੋ ਗਿਆ? ਨਹੀਂ ਨਹੀਂ, ਐਸਾ ਕੁਛ ਨਹੀਂ ਹੈ, ਮਤਲਬ ਕੋਈ ਸਪਰੈਡ ਕਹੀਂ ਹੋ ਸਕਤੇ ਹੈ ਇੰਸੀਡੈਂਸ। ਪੰਜਾਬ ਸਭ ਸੇ ਪਹਿਲਾ ਰਾਜ ਥਾ ਜਿਸਨੇ ਈ ਸਿਗਰਟ ਔਰ ਹੁੱਕਾ ਬਾਰਸ ਕੋ ਬੰਦ ਕੀਆ, ਬੈਨ ਕੀਆ, ਦੇ ਆਰ ਬੈਂਡ। ਅਭੀ ਸਕੂਲ ਕੇ ਆਸ ਪਾਸ ਕਹੀਂ ਬਿਕਰੀ ਨਹੀਂ ਹੋ ਰਹੀ ਹੈ, ਵੀ ਆਰ ਵੈਰੀ ਸਟ੍ਰਿਕਟ। ਔਨਲਾਈਨ ਫਾਰਮੇਸੀ ਕਾ ਇਸ਼ੂ ਹੈ, ਜੋ ਔਨਲਾਈਨ ਫਾਰਮੇਸੀਜ਼ ਹੈ, ਚਾਹੇ ਇਹ ਮੇਰਾ ਖਿਆਲ ਅਪੋਲੋ ਵਾਲੋਂ ਕੀ ਹੈ, ਦੂਸਰੇ ਜਿਤਨੇ ਵੀ ਆਪਣੇ ਔਨਲਾਈਨ ਜਿਤਨੇ ਪਲੇਟਫਾਰਮ ਹੈ ਆਪਕੇ, ਉਹ ਸੈਂਟਰ ਗਵਰਨਮੈਂਟ ਕੇ ਅਧਿਕਾਰ ਖੇਤਰ ਮੇ ਆਤਾ ਹੈ, ਉਹ ਉਨਕੀ ਰੈਗੂਲੇਸ਼ਨ ਥੋੜ੍ਹੀ ਮੁਸ਼ਕਿਲ ਹੋ ਜਾਤੀ ਹੈ ਮਤਲਬ, ਕਿਉਂਕਿ ਇਸਮੇ ਤੋ ਸਕੂਲ ਕੇ ਆਸ ਪਾਸ ਜੋ ਧਾਰਮਿਕ ਸਥਾਨ ਉਨਕੇ ਪਾਸ ਦੁਕਾਨ ਖੋਲ ਹੀ ਨਹੀਂ ਸਕਤੇ, ਹੋਸਪਿਟਲਸ ਕੇ ਪਾਸ ਤੋ ਉਨਕੇ ਪਾਸ, ਮਤਲਬ ਇਹ ਸਿਰਫ ਤੋ ਸਿਰਫ ਜੋ ਔਨਲਾਈਨ ਫਾਰਮੇਸੀ ਹੈ ਉਸ ਸੇ ਰਿਲੇਟਡ ਇਸ਼ੂ ਹੈ। ਅੱਜ ਕੱਲ੍ਹ ਯੰਗਸਟਰਸ ਹੈ, ਉਹ ਕੰਪਿਊਟਰ ਸੈਵੀ ਹੈ, ਮੋਬਾਈਲ ਯੂਜ਼ ਕਰਤੇ ਹੈ ਔਰ ਐਕਸਪੈਰੀਮੈਂਟ ਕਰਨਾ ਚਾਹਤੇ ਹੈ, ਤੋ ਇਸਕੇ ਲੀਏ ਹਮ ਸਕੂਲ ਲੈਵਲ ਕੇ ਉੱਪਰ ਪੇਰੈਂਟ ਟੀਚਰਸ ਮੀਟਿੰਗ, ਪੇਰੈਂਟਸ ਕੋ ਐਜੂਕੇਟ ਕਰ ਰਹੇ ਹੈ, ਬੱਚੋਂ ਕੋ ਐਜੂਕੇਟ ਕਰ ਰਹੇ ਹੈ ਔਰ ਉਨਕੋ ਪੂਰੀ ਗਾਈਡੈਂਸ ਵੀ ਦੇ ਰਹੇ ਹੈ, ਔਰ ਜੋ ਟਬੈਕੋ ਸੁਜੈਸ਼ਨ ਹਮਾਰੇ ਕਲੀਨਿਕਸ ਵੀ ਹੈ, ਉਹ ਗਾਈਡ ਪੂਰਾ ਇਲਾਜ ਵੀ ਕਰਤੇ ਹੈ, ਅਗਰ ਅਗਰ ਕਿਸੀ ਕੋ ਆਦਤ ਪੜ ਗਈ ਉਸਕਾ ਇਲਾਜ ਵੀ ਕਰਤੇ ਹੈ। ਸੋ ਮੈਂ ਲੋਕੋ ਸੇ ਅਪੀਲ ਕਰਤਾ ਹੂੰ ਕਿ ਕੋਈ ਅੱਛਾ ਕਾਮ ਕਰੋ ਜੀ, ਮਤ ਕੋਈ ਐਕਸ਼ਨ ਦੀ ਵੀ ਤਿਆਰੀ ਹੈ ਸਰ? ਹਾਂ, ਉਹ ਜੋ ਜੋ ਵਾਲੇਟ ਹੈ ਉਨਕੇ ਉੱਪਰ ਐਕਸ਼ਨ ਹੋਗਾ ਜੀ, ਜਿਸ ਨੇ ਸਪਲਾਈ ਕਰੀ ਉਸਕੇ ਉੱਪਰ ਐਕਸ਼ਨ ਹੋਗਾ। ਠੀਕ, ਥੈਂਕ ਯੂ।